ਅੰਮ੍ਰਿਤਸਰ 'ਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹਾਦਤ ਦਿਵਸ ਤੇ ਮਾਰਚ ਦੇ ਉਪਲਕਸ਼ 'ਚ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਵੱਲੋਂ ਸ਼ਰਧਾਂਜਲੀ ਸਮਾਰੋਹ ਕੀਤਾ ਗਿਆ। ਇਸ ਸਮਾਰੋਹ 'ਚ ਸ਼ਹੀਦ ਭਗਤ ਸਿੰਘ ਨੂੰ ਪੱਤਰਕਾਰਾਂ ਅਤੇ ਨਗਰ ਸਮਾਜ ਸੇਵਕਾਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਇਸ ਸਮਾਰੋਹ 'ਚ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਸਮਾਜ ਸੇਵਾ ਨੂੰ ਬੜਾਵਾ ਦੇਣ ਦੇ ਲਈ ਸੋਸ਼ਲ ਵੈਲਫੇਅਰ ਵਿੰਗ ਦਾ ਗਠਨ ਕੀਤਾ ਗਿਆ। ਅੱਜ ਦਾ ਪ੍ਰੋਗਰਾਮ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਅਸੀਂ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਹੈ ਅਤੇ ਅੱਜ ਇੱਕ ਨਵਾਂ ਉਪਰਾਲਾ ਕਰਨ ਜਾ ਰਹੇ ਹਾਂ ਕਿ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਇੱਕ ਸੋਸ਼ਲ ਵੈਲਫੇਅਰ ਵਿੰਗ ਜਿਹੜਾ ਹੈ ਉਹ ਅਸੀਂ ਅੱਜ ਅਨਾਊਂਸ ਕਰਨ ਜਾ ਰਹੇ ਹਾਂ ਜਿਹਦੇ ਪੰਜਾਬ ਪ੍ਰੈਜ਼ੀਡੈਂਟ ਅਸੀਂ ਸਮਾਜ ਸੇਵਕ ਵਰਿੰਦਰ ਸਹਿਦੇਵ ਜੀ ਨੇ ਉਹਨਾਂ ਨੂੰ ਨਿਯੁਕਤ ਕਰਨ ਜਾ ਰਹੇ ਹਾਂ ਅਤੇ ਇਹ ਸੋਸ਼ਲ ਵੈਲਫੇਅਰ ਵਿੰਗ ਜਿਹੜਾ ਹੈ ਸਮਾਜ ਭਲਾਈ ਦੇ ਕੰਮ ਖਾਸ ਤੌਰ 'ਤੇ ਅਸੀਂ ਜ਼ੋਰ ਦੇ ਰਹੇ ਹਾਂ ਵੀ ਲੜਕੀਆਂ ਦੇ ਵਿਆਹ ਕਰਨ ਲਈ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਗਰੀਬਾਂ ਦੇ ਹੈਲਪ ਕਰਨ ਲਈ ਸੰਸਥਾਵਾਂ ਨੇ ਪਰ ਆਪਣੇ ਇਨਵਾਇਰਮੈਂਟ ਨੂੰ ਬਚਾਉਣ ਵਾਸਤੇ ਬਹੁਤ ਘੱਟ ਸੰਸਥਾਵਾਂ ਨੇ ਜਿਹੜੀਆਂ ਵੀ ਅੱਗੇ ਆ ਰਹੀਆਂ ਨੇ ਅਸੀਂ ਪਹਿਲ ਦੇ ਆਧਾਰ 'ਤੇ ਇੱਕ ਕੋਸ਼ਿਸ਼ ਕਰਾਂਗੇ ਵੀ ਅਸੀਂ ਇਨਵਾਇਰਮੈਂਟ ਨੂੰ ਬਚਾਇਆ ਜਾਵੇ ਜਿਹਦੇ ਲਈ ਸਾਡੀ ਇੱਕ ਬਲੂਪ੍ਰਿੰਟ ਅਸੀਂ ਤਿਆਰ ਕੀਤਾ ਕਿ ਸ਼ਹੀਦ ਅੰਮ੍ਰਿਤਸਰ ਦੇ ਵਿੱਚ ਸ਼ਹੀਦਾਂ ਸਾਹਿਬ ਤੋਂ ਲੈ ਕੇ ਅਤੇ ਲਾਹੌਰੀ ਗੇਟ ਤੱਕ ਗ੍ਰੀਨ ਬੈਲਟ ਜਿਹੜੀ ਉਹ ਉਜੜੀ ਪਈ ਆ ਅਸੀਂ ਕਾਰਪੋਰੇਸ਼ਨ ਨੂੰ ਬੇਨਤੀ ਕਰਾਂਗੇ ਵੀ ਉਹ ਗ੍ਰੀਨ ਬੈਲਟ ਸਾਡੀ ਜਥੇਬੰਦੀ ਨੂੰ ਅਡੋਪਟ ਕਰਾਤੀ ਜਾਵੇ ਤੇ ਅਸੀਂ ਉਹ ਬੈਲਟ ਦੀ ਜਿਹੜੀ ਆ ਦੇਖਭਾਲ ਕਰਾਂਗੇ। ਅੰਮ੍ਰਿਤਸਰ ਤੋਂ ਸਨੀ ਸਹੋਤਾ ਦੀ ਰਿਪੋਰਟ, ਚੈਨਲ 2।